ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣਨਾ ਹੈ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਇਟਲੀ ਦੇ ਵਿੱਚ ਇੱਕ ਵਾਰ ਫਿਰ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਜੀ ਇੱਕ ਵਾਰ ਫਿਰ ਘੰਟੀ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਕਾਫੀ ਪਾਸੇ ਰੈੱਡ ਜ਼ੋਨ ਲੌਕਡਾਊਨ ਲੱਗਣਾ ਸ਼ੁਰੂ ਹੋ ਗਿਆ ਜੀ ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਇਟਲੀ ਦੀ ਸਿਚੁਏਸ਼ਨ ਫਿਰ ਦੇਖਾਂਗੇ ਖਾਸ ਖਾਸ ਖਬਰਾਂ ਜੋ ਅੱਜ ਪੂਰੇ ਦਿਨ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਨੇ ਜੀ ਇਟਲੀ ਦੇ ਵਿੱਚ ਅੱਜ 1534 ਨਵਾਂ ਕੇਸ 20 ਬੰਦਿਆਂ ਦੀ ਹੋਈ ਮੌਤ 1287 ਮਰੀਜ਼ ਹੋਏ ਠੀਕ 40690 ਅੱਜ ਵੀ ਟੋਟਲ ਮਰੀਜ਼ ਪੋਜ਼ਿਟਿਵ ਇਟਲੀ ਦੇ ਵਿੱਚ 157 ਆਈਸੀਓ ਦੇ ਵਿੱਚ 11228 ਕੋਵਿਡ ਦੇ ਸਿੰਟਮ ਦੇ ਨਾਲ ਹਸਪਤਾਲਾਂ ਦੇ ਵਿੱਚ 39334 ਬੰਦਾ ਕਾਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਤੇ ਅੱਜ ਜੇ 534 1534 ਕੇਸ ਆ ਤਾਂ ਪਿਛਲੇ ਹਫ਼ਤੇ 907 ਕੇਸ ਦਰਜ ਹੋਇਆ ਸੀ ਗੱਲ ਕਰੀਏ ਜੇਕਰ ਅਸੀਂ ਟੈਸਟਾਂ ਦੀ ਅੱਜ ਜਿਹੜੇ ਟੋਟਲ ਟੈਸਟ ਕੀਤੇ ਗਏ ਜੀ 192543 ਕੀਤਾ ਗਿਆ ਤਾਂ ਸੋਦੀ ਪੋਜ਼ਿਟਿਵਿਟੀ 0.79 ਹੈ ਜੀ 1000 ਪਿੱਛੇ 7 10000 ਪਿੱਛੇ 79 ਨਵੇਂ ਕੇਸ ਦਰਜ ਹੋ ਰਹੇ ਸਨ ਤੇ ਜੇਕਰ ਗੱਲ ਕਰੀਏ ਅਸੀਂ ਟੌਪ 5 ਸਟੇਟਾਂ ਦੀ ਇਟਲੀ ਦੇ ਵਿੱਚ ਵੇਨੇਟੋ ਦੇ ਵਿੱਚ 254 ਲੁੰਬਰਦੀ ਦੇ ਵਿੱਚ 241 ਸਿਚੀਲੀਆ ਦੇ ਵਿੱਚ 174 ਲਾਸੀ ਦੇ ਵਿੱਚ 166 ਕੰਪਾਨੀਆਂ ਦੇ ਵਿੱਚ 136 ਨਵੇਂ ਕੇਸ ਦਰਜ ਹੋਇਆ ਜੀ ਹੁਣ ਵੱਧਿਆ ਸਵੇਰ ਤੋਂ ਲੈ ਕੇ ਹੁਣ ਤੱਕ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲਾਂ ਜਿਹੜਾ ਅਪਡੇਟ ਆ ਰਿਹਾ ਜੀ ਉਹ ਆ ਰਿਹਾ ਜੀ ਹਾਲੈਂਡ ਤੋਂ ਹਾਲੈਂਡ ਦੇ ਵਿੱਚ ਜਿਹੜੇ ਨਵੇਂ ਕੇਸਾਂ ਦੀ ਗਿਣਤੀ 500% ਤੱਕ ਵੱਧ ਚੁੱਕੀ ਹੈ ਤਾਂਸ਼ੋ ਦੀ ਪੋਜ਼ਿਟਿਵਿਟੀ ਵੀ ਤਾਂ 13.4% ਪਰਸੈਂਟ ਤੱਕ ਹੋ ਚੁੱਕੀ ਹੈ ਜੀ ਤੇ ਇਹ ਜਿਹੜੇ ਹੁਣ ਕੇਸਾਂ ਦੀ ਗਿਣਤੀ ਉੱਤੇ ਵੱਧ ਰਹੀ ਹੈ ਇਹ ਦੇਖਣ ਦੇ ਵਿੱਚ ਆ ਰਿਹਾ ਜੀ ਲਾਸਟ ਵਾਰ ਜੂਨ 2020 ਦੇ ਵਿੱਚ ਇੰਨੇ ਕੇਸ ਰਜਿਸਟਰ ਹੋ ਰਹੇ ਸਨ ਜਿੰਨੇ ਹਾਲੈਂਡ ਦੇ ਵਿੱਚ ਹੁਣ ਇਸ ਟਾਈਮ ਹੋ ਰਹਾ ਹੈ ਜੀ ਇਟਲੀ ਦੇ ਵਿੱਚ ਇਸ ਟਾਈਮ ਇੱਕ ਖੁਸ਼ੀ ਦੀ ਲਹਿਰ ਅਸੀਂ ਕਹਾਂ ਸਾ ਤੇ ਇੱਕ ਗੁੱਡ ਨਿਊਜ਼ ਅਸੀਂ ਇਹਨੂੰ ਕਹਿ ਸਕਦੇ ਆ ਸਰਕਾਰ ਵੱਲੋਂ ਮਿਲ ਨੂੰ ਇਹ ਮਿਲ ਨੂੰ ਸਾਨੂੰ ਸੁਣੀ ਹੈ ਜਿੱਤੇ ਇੱਕ ਪਾਸੇ ਇਟਲੀ ਦੇ ਵਿੱਚ ਜੇ ਲਿਗੂਰੀਆ ਦੀ ਗੱਲ ਕਰੀਏ ਤਾਂ ਲਿਗੂਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਦਾ ਨਾਮ ਤੋਤੀ ਜੀ ਆ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਫਰਾਂਸ ਨੇ ਜੋ ਕੀਤਾ ਹੈ ਕਿ ਬੰਦੇ ਵੈਕਸੀਨ ਤੋਂ ਬਿਨਾ ਹਸਪੀਟਲਾਂ ਦੇ ਵਿੱਚ ਵੈਕਸੀਨ ਤੋਂ ਬਿਨਾ ਰੈਸਟੋਰੈਂਟਾਂ ਦੇ ਵਿੱਚ 12 ਦੇ ਵਿੱਚ ਜਾਂ سینਮੇ ਦੇ ਵਿੱਚ ਨਾ ਜਾ ਸਕਣ ਅਸੀਂ ਵੀ ਇਸ ਕਾਨੂੰਨ ਨੂੰ ਅਪਣਾਉਣ ਦੇ ਲਈ ਤੇ ਇਹ ਜਿੰਨੀ ਛੇਤੀ ਹੋਵੇ ਸਰਕਾਰ ਨੂੰ ਇਟਲੀ ਦੇ ਵਿੱਚ ਵੀ ਜਿਹੜੀ ਵੈਕਸੀਨ ਆ ਕੰਪਲਸਰੀ ਓਬਲੀਗਾਟਰੀ ਉਹ ਕਰ ਦੇਣਾ ਚਾਹੀਦਾ ਕਿ ਬਿਨਾ ਵੈਕਸੀਨ ਤੋਂ ਬੰਦਾ ਨਾਰਮਲ ਲਾਈਫ ਨਾ ਜੀ ਸਕੇ ਪਰ ਜਿੱਤੇ ਇੱਕ ਪਾਸੇ ਲਿਗੂਰੀਆ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਆਪਣਾ ਜੀ ਲੁੰਬਰਦੇ ਦੀ ਗੱਲ ਕਰੀਏ ਲੁੰਬਰਦੇ ਦੇ ਜਿਹੜੇ ਪ੍ਰਤਾਨ ਨੇ ਆਪਣੇ ਅਟਲੀਫ ਹੁੰਦਾ ਨੇ ਜੀ ਕਹਿ ਰਹੇ ਨੇ ਕਿ ਗ੍ਰੀਨ ਪਾਸ ਫਰਾਂਸ ਵਾਂਗ ਨਹੀਂ ਸਾਨੂੰ ਲੋਡ ਨਹੀਂ ਹੈਗੀ ਫਿਲਹਾਲ ਫਰਾਂਸ ਦੀ ਨਕਲ ਕਰਨ ਦੇ ਲਈ ਇਸ ਟਾਈਮ ਇਟਲੀ ਦੇ ਵਿੱਚ ਲੁੰਬਰਤੀ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਜੀ ਤੇ ਜੇਕਰ ਬੰਦਾ ਕੋਈ ਪੋਜ਼ਿਟਿਵ ਆ ਨੈਗੇਟਿਵ ਆ ਤਾਂ ਟੈਸਟ ਤੋਂ ਪਤਾ ਲੱਗ ਜਾਂਦਾ ਤਾਂ ਕਾਸ਼ ਆਹੀ ਬੰਦਿਆਂ ਦੇ ਨਾਲ ਕਰਨ ਦੀ ਲੋੜ ਨਹੀਂ ਹੈਗੀ ਉਧਰ ਹੀ ਜੇਕਰ ਅਸੀਂ ਗੱਲ ਜੋਰਜ ਜੋਰਜਾ ਮੈਲੋਨੀ ਦੀ ਕਰੀਏ ਜੋ ਕਿ ਜਿਹੜੇ ਜੋ ਕਿ ਜਿਹੜੇ ਆਪਣੇ ਫਰਾਤੇਲੀ ਦੀ ਇਟਾਲੀਆ ਦੇ ਲੀਡਰ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੀ ਕਿ ਫਰਾਂਸ ਦੀ ਤਰ੍ਹਾਂ ਕਰਨਾ ਇੱਕ ਤਾਨਾਸ਼ਾਹੀ ਹੋਗੀ ਲੋਕਾਂ ਦੇ ਨਾਲ ੱੱੱਕਾ ਕਰਨਾ ਹੋਊਗਾ ਲੋਕਾਂ ਦੇ ਹੱਕਾਂ ਦੇ ਨਾਲ ਖਿਲਵਾੜ ਕਰਨਾ ਕਿਉਂਕਿ ਵੈਕਸੀਨ ਲਵਾਉਣਾ ਵੈਕਸੀਨ ਨੂੰ ਲਵਾਉਣਾ ਜਾਂ ਫਿਰ ਨਾ ਲਵਾਉਣਾ ਇੱਕ ਪਰਸਨਲ ਇੱਕ ਪਰਸਨਲ ਆਪਣਾ ਡਿਸੀਜਨ ਹੋਣਾ ਚਾਹੀਦਾ ਹੈ ਜੀ ਤੇ ਉਧਰ ਹੀ ਜਿੱਥੇ ਸਾਰੇ ਬੰਦੇ ਇਸ ਤਰ੍ਹਾਂ ਕਹਿ ਰਹੇ ਨੇ ਇਟਲੀ ਦੀ ਸਰਕਾਰ ਵੱਲੋਂ ਵੀ ਫੈਸਲਾ ਆਇਆ ਜੀ ਇਸ ਟਾਈਮ ਫਿਲਹਾਲ ਇਸ ਟਾਈਮ ਇਟਲੀ ਦੇ ਵਿੱਚ ਫਰਾਂਸ ਦਾ ਨਿਯਮ ਆਫ ਫਰਾਂਸ ਵਾਲੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਕਾਨੂੰਨ ਦੇ ਹਿਸਾਬ ਦੇ ਨਾਲ ਜੇਕਰ ਦੇਖੀ ਤੇ ਕਹਿ ਰਹੇ ਨੇ ਇੱਕ ਗ੍ਰੀਨ ਪਾਸ ਲੈਣ ਦੇ ਲਈ ਕੋਵਿਡ ਟੈਸਟ 48 ਘੰਟੇ ਪਹਿਲਾਂ ਕਰਾਇਆ ਗਿਆ ਕੋਵਿਡ ਟੈਸਟ ਹੀ ਵੈਲਿਡ ਮੰਨਿਆ ਜਾਊਗਾ ਜੀ ਕਹਿਣ ਦਾ ਮਤਲਬ ਜ਼ਰੂਰੀ ਨਹੀਂ ਕਿ ਗ੍ਰੀਨ ਪਾਸ ਤੁਹਾਨੂੰ ਇੱਕ ਵੈਕਸੀਨ ਤੋਂ 15ਵੇਂ ਦਿਨ ਜਾਂ ਫਿਰ ਦੂਸਰੇ ਵੈਕਸੀਨ ਦੇ ਡੋਜ਼ਾਂ ਤੋਂ ਬਾਅਦ ਹੀ ਮਿਲਣਾ ਤੁਸੀਂ ਆਪਣਾ 48 ਘੰਟੇ ਪਹਿਲਾਂ ਟੈਸਟ ਕਰਵਾ ਕੇ ਵੀ ਗ੍ਰੀਨ ਪਾਸ ਲੈ ਸਕਦੇ ਹੋ ਇਨ ਡਾਇਰੈਕਟਲੀ ਇਟਲੀ ਦੇ ਵਿੱਚ ਵੀ ਤੁਹਾਨੂੰ ਮਜਬੂਰ ਕੀਤਾ ਜਾਣਾ ਪਰ ਡਾਇਰੈਕਟਲੀ ਤੁਹਾਨੂੰ ਮਜਬੂਰ ਨਹੀਂ ਕੀਤਾ ਜਾਣਾ ਜੀ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਵੈਨੇਟੋ ਦੀ ਵੈਨੇਟੋ ਦੇ ਜਿਹੜੇ ਪ੍ਰਧਾਨ ਹਨ ਉਹਨਾਂ ਦਾ ਇਸ ਬਾਰੇ ਵਿੱਚ ਕੀ ਕਹਿਣਾ ਜੀ ਵੈਨੇਟੋ ਦੇ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਜੀ ਉਹ ਕਹਿ ਰਹੇ ਨੇ ਕਿ ਹੁਣ ਇਸ ਟਾਈਮ ਮੈਚ ਹੋ ਕੇ ਹਟਿਆ ਇਟਲੀ ਜਿੱਤ ਕੇ ਹਟਿਆ ਕੇਸਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ ਸਭ ਤੋਂ ਡਰ ਸਾਨੂੰ ਲੱਗ ਰਿਹਾ ਜੀ ਡੈਲਟਾ ਵਾਰੀਐਂਟ ਤੋਂ ਡੈਲਟਾ ਵਾਰੀਐਂਟ ਇੱਕ ਐਸ ਟਾਈਮ ਕੋਵਿਡ ਦਾ ਇੱਕ ਉਹ ਚਿਹਰਾ ਹੈ ਜੀ ਜਿਸ ਨੇ ਪੂਰੀ ਦੁਨੀਆ ਦੇ ਪੂਰੀ ਦੁਨੀਆ ਨੂੰ ਆਪਣੇ ਦੇਸ਼ ਦਾ ਸ਼ਿਕਾਰ ਬਣਾ ਦਿੱਤਾ ਜੀ ਇਸ ਤੋਂ ਸਾਰੀ ਦੁਨੀਆ ਡਰ ਰਹੀ ਹੈ ਜਿਆਦਾਤਰ ਵੈਨੇਟੋ ਦੇ ਵਿੱਚ ਜਿਹੜੇ ਕੇਸ ਹੁਣ ਰਜਿਸਟਰ ਹੋ ਰਹੇ ਨੇ ਉਹਨਾਂ ਦੀ ਏਜ ਹੈ ਜੀ 22 ਤੋਂ 23 ਸਾਲ ਮਤਲਬ ਕਿ ਜਵਾਨ ਜਵਾਨਾਂ ਦੇ ਵਿੱਚ ਜਿਆਦਾ ਫੈਲਿਆ ਜੀ ਪਰ ਇੱਥੇ ਤੱਕ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ 15 ਤੋਂ ਲੈ ਕੇ 24 ਸਾਲ ਤੱਕ ਜਿਨ੍ਹਾਂ ਦੀ ਉਮਰ ਹੈ ਉਹ ਵੀ ਜਿਆਦਾ ਸ਼ਿਕਾਰ ਹੋ ਰਹੇ ਨੇ ਕੋਵਿਡ ਦੇ ਸਿੰਪਟਮ ਦੇ ਤਾਂ ਇਸ ਕਾਰਨ ਵੀ ਕਹਿ ਰਹੇ ਨੇ ਕਿ ਵੱਧ ਤੋਂ ਵੱਧ ਪਾਬੰਦੀਆਂ ਲਾਉਣ ਦੀ ਲੋੜ ਹੈ ਜੀ ਇਟਲੀ ਦੇ ਵਿੱਚ ਨਹੀਂ ਤਾਂ ਜੇਕਰ ਪਾਬੰਦੀਆਂ ਨਾਲ ਲੱਗੀਆਂ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਹੈ ਜੀ ਤੇ ਜੇਕਰ ਹਾਲਾਤ ਵਿਗੜਨ ਦੀ ਗੱਲ ਕਰੀਏ ਤਾਂ ਇੱਕ ਪਾਸੇ ਵਿਗੜ ਵੀ ਚੁੱਕੇ ਨੇ ਜੋ ਕਿ ਪਿਆਸਾ ਆਰਮੀਨੀਆ ਜੀ ਪਿਆਸਾ ਆਰਮੀਨੀਆ ਪਿਆਸਾ ਆਰਮੇ ਆਰਮਰੀਨਾ ਜੋ ਕਿ ਇਨ੍ਹਾਂ ਦੇ ਵਿੱਚ ਪੈ ਰਿਹਾ ਜਿਹਦੇ ਵਿੱਚ ਨੀਲੋ ਮੁਜ਼ੀਮੂਚੀ ਨੇ ਜੋ ਕਿ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਜੀ ਫਰਮਾਨ ਦੇ ਵਿੱਚ ਇਹ ਲਿਖਿਆ ਕਿ ਇਸ ਨੂੰ 21 ਜੁਲਾਈ ਤੱਕ ਰੈਡ ਜ਼ੋਨ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਜੀ ਇੱਕ ਪਿੰਡ ਆ ਜੀ ਪਿਆਸਾ ਅਰਮੇਨ ਅਰਮਰੀਨਾ ਇਸ ਨੂੰ ਲਾਲ ਕੱਲ 14 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਇੱਕ ਹਫ਼ਤੇ ਲਈ ਰੈਡ ਜ਼ੋਨ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜੀ ਇਟਲੀ ਦੇ ਵਿੱਚ ਇੱਕ ਵਾਰ ਫੇਰ ਲਾਲ ਜ਼ੋਨ ਰੈਡ ਜ਼ੋਨ ਦੇਖਣੇ ਸ਼ੁਰੂ ਹੋ ਗਏ ਨੇ ਜੀ ਤੇ ਰਸ਼ੀਆ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 780 ਬੰਦਿਆਂ ਦੀ ਇੱਕ ਵਾਰ ਫੇਰ ਮੌਤ ਹੋਈ ਹੈ ਲਗਾਤਾਰ ਵਾਦੀ ਜਾ ਰਹੀ ਹੈ ਗਿਣਤੀ ਮਰਨ ਵਾਲਿਆਂ ਦੀ ਉੱਥੇ 700 ਅ 34 ਹੋਏ ਸੀ ਕੁਝ ਦਿਨ ਪਹਿਲਾਂ 750 ਹੋਏ ਸੀ ਹੁਣ 780 ਹੋਏ ਨੇ ਤੇ ਕੇਸਾਂ ਦੀ ਗੱਲ ਕਰੀਏ ਤੇ 24702 ਨਵਾਂ ਕੇਸ ਸਾਹਮਣੇ ਆਇਆ ਜੀ ਉਧਰ ਹੀ ਮੱਤਿਓ ਸਲਵਿਨੀ ਜੀ ਦਾ ਵੀ ਇੱਕ ਨਵਾਂ ਬਿਆਨ ਆ ਰਿਹਾ ਜੀ ਉਹ ਕਹਿ ਰਹੇ ਨੇ ਕਿ ਇਟਲੀ ਦੇ ਵਿੱਚ ਇੱਕ ਵਾਰ ਫੇਰ ਰੈੱਡ ਅਤੇ ਜ਼ੈਲੋ ਜ਼ੋਨ ਜਿਹੜੇ ਪੀਲੇ ਤੇ ਲਾਲ ਜ਼ੋਨਾਂ ਵੱਲ ਇਟਲੀ ਬਦਲਣ ਜਾ ਰਹੀ ਸਰਕਾਰ ਫੈਸਲੇ ਕਰਨ ਜਾ ਰਹੀ ਉਹ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਸਾਈਨ ਇਕੱਠੇ ਕਰ ਰਹੇ ਹਾਂ ਜੀ ਇੱਕ ਰੈਫਰੈਂਡਮ ਕਰ ਰੈਫਰੰਡਮ ਕਰ ਰਹੇ ਤੇ ਲੋਕਾਂ ਦੇ ਸਾਈਨ ਇਕੱਠੇ ਕਰਕੇ ਸਰਕਾਰ ਦੇ ਮੋਢੇ ਰੱਖਾਂਗੇ ਕਿ ਜਿਦਾਂ ਦੂਸਰੀਆਂ ਬਿਮਾਰੀਆਂ ਨੇ ਬਹੁਤ ਸਾਰੀਆਂ ਹੋਰ ਮਹਾਮਾਰੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਰਹਿਣ ਦੀ ਆਦਤ ਬਣਾ ਲਈਏ ਇਸ ਤਰ੍ਹਾਂ ਸਾਨੂੰ ਕੋਵਿਡ ਦੇ ਨਾਲ ਵੀ ਰਹਿਣ ਦੀ ਆਦਤ ਬਣਾਣ ਦੀ ਲੋੜ ਹੈ ਇੱਕ ਵਾਰ ਫਿਰ ਲਾਕਡਾਊਨ ਲਾਇਆ ਤਾਂ ਇਟਲੀ ਦੇ ਲਈ ਬਹੁਤ ਹੀ ਜ਼ਿਆਦਾ ਗਲਤ ਕੰਮ ਹੋ ਸਕਦਾ ਇਟਲੀ ਲਈ ਖਰਾਬ ਹੋ ਸਕਦਾ ਕਿਉਂਕਿ ਜਿਸ ਟਾਈਮ ਲਾਕਡਾਊਨ ਲੱਗਦਾ ਆਰਥਿਕ ਵਿਵਸਥਾ ਹੁੰਦੀ ਹੈ ਇਕਨੋਮੀ ਤੌਰ ਤੇ ਜਿਹੜਾ ਉਹ ਦੇਸ਼ ਆ ਉਹਦੇ ਜਿਹੜੇ ਗੋਡੇ ਭੰਨ ਹੋ ਜਾਂਦੇ ਜਿਹੜੀਆਂ ਲੱਤਾਂ ਕਮਜ਼ੋਰ ਹੋ ਜਾਂਦੀਆਂ ਉਹਨੂੰ ਖੜਨ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਦੇ ਅਸਟੈਂਬੀ ਜਿਸ ਟਾਈਮ ਹੁਣ ਅਸੀਂ ਲੋਕਡਾਊਨ ਤੋਂ ਬਾਅਦ ਵੀ ਜੇਕਰ ਚੱਲ ਰਹੇ ਆ ਤਾਂ ਸਾਨੂੰ ਦੇਖਣਾ ਦੇਖਣਾ ਪੈ ਰਿਹਾ ਕਿ ਹਰ ਇੱਕ ਚੀਜ਼ ਮਹਿੰਗੀ ਹੋਈ ਜਾ ਰਹੀ ਆ ਮਹਿੰਗੀ ਹੋਣ ਦਾ ਕਾਰਨ ਕੀ ਆ ਕਿਉਂਕਿ ਅਸੀਂ ਇੱਕ ਐਸੀ ਸਿਚੁਏਸ਼ਨ ਤੋਂ ਨਿਕਲੇ ਆ ਜੀ ਜਿੱਥੇ ਸਭ ਕੁਝ ਬੰਦ ਸੀ ਜਿੱਥੇ ਇੱਕ ਪਾਸੇ ਸਰਕਾਰ ਵਕਰੀ ਵਕਰੀ ਹੁੰਦੀ ਜਾ ਰਹੀ ਆ ਹਰ ਇੱਕ ਸਟੇਟ ਦਾ ਆਪਣਾ ਹੀ ਆਪਣੇ ਹੀ ਜਿਹੜੇ ਬਿਆਨ ਸਾਹਮਣੇ ਆ ਰਹੇ ਉਧਰ ਇੱਕ ਆਲਤੋਹਾ ਦੀ ਜੇ ਵੱਲੋਂ ਇੱਕ ਬਿਆਨ ਆਇਆ ਜੇ ਆਲਤੋਹਾ ਦੀ ਜੇ ਦੇ ਵਿੱਚ ਗੱਲਾਂ ਇਹ ਨਿਕਲ ਰਹੀਆਂ ਨੇ ਕਲਾਉਡ ਦੀ ਕੋਰਾਰਤੀ ਜੀ ਜਿਹੜੇ ਉਹਨਾਂ ਦਾ ਪ੍ਰੈਜ਼ੀਡੈਂਟ ਆ ਸੀਐਨਈ ਦੇ 33 ਨਵਾਲ ਤੋਂ ਆਦੇ ਜਿਹੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਦਤੋਰੇ ਦੀ ਲਬੋਰ ਉਹ ਕੰਮ ਦੇ ਜਿਹੜੇ ਮਾਲਕਾ ਆਪਣੇ ਜਿਹੜੇ ਉਹਨਾਂ ਦੇ ਨਾਲ ਬੰਦੇ ਕੰਮ ਕਰਦੇ ਉਹਨਾਂ ਨੂੰ ਉਹ ਵੈਕਸੀਨ ਲਾਣ ਦੇ ਲਈ ਮਜਬੂਰ ਨਹੀਂ ਕਰ ਸਕਦੇ ਨਾ ਹੀ ਉਹਨਾਂ ਨੂੰ ਮਜਬੂਰ ਕਰ ਸਕਦੇ ਹਰ ਹਫਤਾ ਟੰਪੂ ਨਿਗਰਾਨ ਤੇ ਇਹਨਾਂ ਦਾ ਮਤਲਬ ਹਰ ਹਫਤੇ ਦੀ ਹਫਤੇ ਉਹ ਕਹਿ ਨਹੀਂ ਸਕਦੇ ਕਿ ਜੀ ਤੁਸੀਂ ਆਪਣਾ ਟੈਸਟ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਹੀ ਗਲਤ ਅਸਰ ਪੈ ਸਕਦਾ ਦਿਮਾਗੀ ਤੌਰ ਤੇ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਕਿਸੇ ਹੋਰ ਕੋਈ ਹੋਰ ਸਕੀਮ ਜਾਂ ਹੋਰ ਤਰੀਕਾ ਲੱਭਣਾ ਪੈਣਾ ਜੀ ਇਸ ਚੀਜ਼ ਤੋਂ ਬਾਹਰ ਨਿਕਣ ਦੇ ਲਈ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜਾ ਰਿਹਾ ਲਿਕ ਤੋਂ ਜਿੱਥੇ ਇੱਕ ਬੱਸ ਜਿਹਦੇ ਵਿੱਚ 25 ਬੱਚੇ ਸਨ 25 ਸਟੂਡੈਂਟ ਸਨ ਬੱਚਿਆਂ ਦੇ ਨਾਲ ਅੱਗ ਬੱਸ ਨੂੰ ਲੱਗ ਗਈ ਹੈ ਜੀ ਬੱਸ ਦੇ ਵਿੱਚ ਅੱਗ ਲੱਗਣ ਦੇ ਨਾਲ ਕੀ ਹੋਇਆ ਜੀ ਪੰਜ ਬੱਚੇ ਸੱਤ ਬੱਚੇ ਜਿਹੜੇ ਅੱਗ ਦੀ ਲਪੇਟਾਂ ਦੇ ਵਿੱਚ ਆ ਗਏ ਪਰ ਜਿਹੜਾ ਡਰਾਈਵਰ ਸੀ ਉਹਨੇ ਆਪਣੀ ਜਾਨ ਤੇ ਖੇਲ ਕੇ ਬੱਚਿਆਂ ਦੀ ਜਾਨ ਬਚਾਈ ਹੈ ਤੇ ਇਹ ਜਿਹੜੇ ਬੱਚੇ ਸੱਤ ਸਨ ਅੱਗ ਦੀਆਂ ਲਪੇਟਾਂ ਦੇ ਵਿੱਚ ਆਏ ਉਹਨਾਂ ਨੂੰ ਬਚਾ ਲਿਆ ਗਿਆ ਉਹਨਾਂ ਦੀ ਸਿਚੁਏਸ਼ਨ ਹੈ ਜਿਹੜੀ ਨਹੀਂ ਗੰਭੀਰ ਨਹੀਂ ਹੈਗੀ ਜਾਨੀ ਕਹਿਣ ਦਾ ਮਤਲਬ ਸਿਚੁਏਸ਼ਨ ਠੀਕ ਆ ਹੁਣ ਉਹਨਾਂ ਨੂੰ ਹਸਪੀਟਲ ਦੇ ਵਿੱਚ ਰੱਖਿਆ ਗਿਆ ਜੀ ਤੇ ਸੰਮਰੀਨੋ ਜਿਨ੍ਹਾਂ ਨੇ ਆਪਣੇ ਆਪ ਨੂੰ ਕੋਵਿਡ ਫ੍ਰੀ ਕਰ ਦਿੱਤਾ ਸੀਗਾ ਸੰਮਰੀਨੋ ਦੇ ਵਿੱਚ ਇੱਕ ਵਾਰ ਫਿਰ ਕੇਸਾਂ ਦੀ ਗਿਣਤੀ ਹੋ ਗਈ ਸ਼ੁਰੂ ਲਾਸਟਲੇ 24 ਘੰਟਿਆਂ ਦੇ ਵਿੱਚ ਦੋ ਨਵੇਂ ਕੇਸ ਆਏ ਨੇ ਸੰਮਰੀਨੋ ਇੱਕ ਵਾਰ ਫਿਰ ਯਾਦ ਕਰਾ ਦਿੰਨੇ ਦੀ ਜੀ ਦੁਨੀਆ ਦੇ ਵਿੱਚ ਇਟਲੀ ਦੇ ਵਿੱਚ ਇੱਕ ਹੋਰ ਇੱਕ ਇਟਲੀ ਦੇ ਵਿੱਚ ਹੀ ਇੱਕ ਦੇਸ਼ ਆ ਜਿਸ ਦਾ ਨਾਮ ਸੰਮਰੀਨੋ ਜਿਨੇ ਸਭ ਤੋਂ ਪਹਿਲਾਂ ਆਪਣੇ ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਹੀ ਜਨੇਟਲੀ ਦੇ ਵਿੱਚ ਸੰਮਰੀਨੋ ਦੇ ਵਿੱਚ ਆਪਣੀਆਂ ਪਾਬੰਦੀਆਂ ਨੂੰ ਖਤਮ ਕੀਤਾ ਸੀ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਹੀ ਤੁਹਾਨੂੰ ਦੱਸਿਆ ਕਿ ਇਟਲੀ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਚੇਤਾਵਨੀ ਦਿੱਤੀ ਹੈ ਤੋਂ ਉਸ ਤੋਂ ਬਾਅਦ ਇਦਾਂ ਹੀ ਹੋ ਆਪਣੇ ਲੁੰਬਰ ਦੀ ਇਹਦੇ ਵਿੱਚ ਜੇ ਗੱਲ ਕਰੀਏ ਤੋਂ ਸਕਾਨਾਂ ਦੀ ਗੱਲ ਕਰੀਏ ਪਰਾਤੋ ਦੀ ਗੱਲ ਕਰੀਏ ਰੀਵਾਦਲ ਗਾਰਦਾ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਬੋਲਸਾਨੋ ਦੀ ਕੀਤਾ ਜਾਵੇ ਤੋਰੀਨੋ ਦੀ ਗੱਲ ਕੀਤੀ ਜਾਵੇ ਪੀਮੋਂਤੇ ਦੀ ਗੱਲ ਕੀਤੀ ਜਾਵੇ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜੇ ਹਵਾ ਤਰੁੰਬੇਦਾਰੀ ਜਿਹਨੂੰ ਸੀ ਬੰਬ ਰੋਲੇ ਕਹਿੰਦੇ ਜਾਂ ਹਵਾ ਦੇ ਬਰੋਲੇ ਕਹਿੰਦੇ ਨੇ ਬਹੁਤ ਤੇਜ਼ ਜਿਹੜਾ ਉਹ ਘੁੰਮਦਾ ਹੁੰਦਾ ਚੱਕਰਵਾਤ ਵੀ ਜਿਹਨੂੰ ਕਿਹਾ ਜਾਂਦਾ ਉਹ ਆਇਆ ਜੀ ਜਿਨੇ ਜਿਹੜੇ ਦਰਖਤ ਦਾ ਦਰਖਤਾਂ ਨੂੰ ਪਟ ਪਟ ਕੇ ਸੜਕਾਂ ਤੇ ਸੁੱਟ ਦਿੱਤਾ ਜੀ ਜਿਹੜੀਆਂ ਲੇਟਾਂ ਵੀ ਪਟ ਪਟ ਸਿੱਟਦੀਆਂ ਜੀ ਛੱਤਾਂ ਵੀ ਅੜਾ ਦਿਤੀਆਂ ਕਾਫੀ ਨੁਕਸਾਨ ਹੋਇਆ ਜੀ ਸਪੈਸ਼ਲੀ ਬੋਲਸਾਨੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੰਬੇ ਦਾਕਵਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬੱਦਲ ਫਟੇ ਨੇ ਇਦਾਂ ਰਸ ਪੈ ਗਿਆ ਜੀ ਸਾਡੇ ਏ ਦੇ ਵਿੱਚ ਵੀ ਇਦਾਂ ਹੋ ਜੋ ਪਾਣੀ ਸਗਾ ਜੋ ਸਲੇ ਸੀਵਰੇਜ ਲੈਣਾ ਚੱਲਦੀ ਇਹਨੇ ਉਹ ਵੀ ਭਰ ਗਈਆਂ ਸਨ ਜੋ ਅੱਧਾ ਘੰਟਾ ਘੰਟਾ ਮੀਂਹ ਪਿਆ ਇੰਨਾ ਤੇਜ਼ ਮੀਂਹ ਪਿਆ ਕਿ ਗੱਲਾਂ ਹੀ ਛੱਡੋ ਤੁਹਾਡੇ ਵੱਲ ਸਿਚੁਏਸ਼ਨ ਕਿਦਾਂ ਦੀ ਰਹੀ ਹਵਾ ਕਿੰਨੀ ਕੁ ਚੱਲੀ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਅਦੇ 18 ਸਾਲ ਦੀ ਲੜਕੀ ਜੋ ਪਾਕਿਸਤਾਨੀ ਲੜਕੀ ਜੋ ਇਸ ਟਾਈਮ ਲਾਪਤਾ ਹੈ ਉਹਦੇ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਆਇਆ ਜੀ ਅਪਡੇਟ ਆਇਆ ਜੀ ਜਿਹੜਾ ਉਸ ਲੜਕੀ ਦਾ ਫਰੈਂਡ ਸੀ ਤੇ ਉਹ ਵੀ ਪਾਕਿਸਤਾਨੀ ਮੁੰਡਾ ਹੀ ਉਹਦਾ ਇੱਕ ਨਵਾਂ ਬਿਆਨ ਆਇਆ ਜੀ ਉਹਨੇ ਕਿਹਾ ਕਿ ਜਿਹੜੀ ਲੜਕੀ ਆ ਉਸਦੇ ਘਰ ਵਾਲੇ ਮੇਰੇ ਅਤੇ ਮੇਰੇ ਅਬ ਪਾਕਿਸਤਾਨ ਦੇ ਵਿੱਚ ਜਿਹੜੇ ਘਰ ਵਾਲੇ ਵਾਲੇ ਆ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਤੇ ਤੇ ਉਹ ਜੋ ਲੜਕੀ ਹੈ ਉਹਨਾਂ ਨੇ ਨਹੀਂ ਮਾਰਿਆ ਕਿਉਂਕਿ ਮੈਂ ਵੀ ਇੱਕ ਪਾਕਿਸਤਾਨੀ ਆ ਜੇਕਰ ਕਿਸੇ ਹੋਰ ਨੈਸ਼ਨੈਲਿਟੀ ਦਾ ਹੁੰਦਾ ਤਾਂ ਫਿਰ ਉਹਨੂੰ ਮਾਰ ਸਕਦੇ ਸਨ ਇਹ ਜੋ ਲੜਕੀ ਹੈ ਇਸ ਟਾਈਮ ਆਪਣੀ ਕਿਸੇ ਆਂਟੀ ਦੇ ਨਾਲ ਕਿਸੇ ਹੋਰ ਤੇਜ ਦੇ ਵਿੱਚ ਲੁਕੀ ਹੋਈ ਆ ਅਗਲਾ ਅਪਡੇਟ ਫਲਾਈਟਾਂ ਵੱਲ ਚੱਲਦੇ ਆ ਜੀ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸੇਗੇ ਜੋ ਫਲਾਈਟਾਂ ਨੇ ਇੰਡੀਆ ਤੋਂ ਆਉਣ ਵਾਲੀਆਂ ਇਸ ਟਾਈਮ ਚਾਰਟਰ ਫਲੈਟਾਂ ਹੀ ਚੱਲ ਰਹੀਆਂ ਨੇ ਜੋ ਕਾਫੀ ਮਹਿੰਗੀਆਂ ਹੋਣ ਦੇ ਕਾਰਨ ਕਾਫੀ ਬੰਦੇ ਅਫੋਰਡ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਮਹਿੰਗੀਆਂ ਲੱਗਦੀਆਂ ਤਾਂ ਤੁਸੀਂ 30 ਜੁਲਾਈ ਤੱਕ ਉਡੀਕੋ ਜੀ ਆਸ ਪੂਰੀ ਹੈ ਉਮੀਦ ਪੂਰੀ ਹੈ ਕਿ 30 ਜੁਲਾਈ ਨੂੰ ਜਿਹੜੀਆਂ ਫਲੈਟਾਂ ਚੱਲ ਜਾਣੀਆਂ ਜੇ ਕਿਉਂਕਿ ਇੰਡੀਆ ਦੀ ਜੋ ਸਿਚੁਏਸ਼ਨ ਹੈ ਇਸ ਟਾਈਮ ਬਹੁਤ ਹੀ ਜ਼ਿਆਦਾ ਸੁਧਾਰ ਆ ਰਿਹਾ ਹੈ ਜੀ ਪਰ ਜੇਸੀ ਗੱਲ ਸਿਚੁਏਸ਼ਨ ਦੀ ਕਰੀਏ ਇੱਕ ਪਾਸੇ ਕਾਫੀ ਸੁਧਾਰ ਆ ਰਿਹਾ ਹੈ ਪਰ ਦੂਸਰੇ ਪਾਸੇ ਜੋ ਡੈਲਟਾ ਵਾਰੀਐਂਟਾ ਜੋ ਪਹਿਲੀ ਵਾਰ ਇੰਡੀਆ ਦੇ ਵਿੱਚ ਲੱਭਿਆ ਗਿਆ ਸੀ ਉਹ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਡਰਾ ਰਿਆ ਜੀ ਤੇ ਆਪਾਂ ਨੂੰ ਤਕਰੀਬਨ 29 ਤੇ 30 ਜੁਲਾਈ ਨੂੰ ਪਤਾ ਲੱਗ ਜਾਣਾ ਜਿੱਦਾਂ ਹੀ ਸਾਨੂੰ ਪਤਾ ਲੱਗਦਾ ਟ੍ਰੈਵਲ ਬੈਨ ਦੇ ਬਾਰੇ ਕੀ ਸਿਚੁਏਸ਼ਨ ਹੋਈ ਹੈ ਤੁਹਾਨੂੰ ਉਸ ਵੇਲੇ ਹੀ ਇਨਫੋਰਮ ਕਰ ਦੇਣਾ ਜੀ ਬਾਕੀ ਇਮੀਗ੍ਰੇਸ਼ਨ ਦੇ ਬਾਰੇ ਸਾਨੂੰ ਕਾਫੀ ਵੀਰ ਪੁੱਛਦੇ ਨੇ ਜਿਹੜੀ ਇਮੀਗ੍ਰੇਸ਼ਨ ਆ ਜੀ ਇਮੀਗ੍ਰੇਸ਼ਨ ਪੀਅਚੈਂਸਾ ਅਤੇ ਨਾਪੂਲੀ ਦੇ ਵਿੱਚ ਪੇਪਰ ਜਿਹੜੇ 9 ਮਹੀਨਿਆਂ ਵਾਲੇ ਨਿਕਲ ਰਹੇ ਪਰ 9 ਮਹੀਨੇ ਦੇ ਪੇਪਰਾਂ ਦੇ ਉੱਤੇ ਇੱਕ ਸਾਡਾ ਨਵਾਂ ਅਪਡੇਟ ਆ ਰਿਹਾ ਜੀ ਕੱਲ ਨੂੰ ਜ਼ਰੂਰ ਦੇਖਿਓ ਜੀ ਕੱਲ ਜਾਂ ਪਰਸੋਂ ਨੂੰ ਇੱਕ ਅਪਡੇਟ ਆਸੀ ਬਹੁਤ ਤਕੜਾ ਲੈ ਕੇ ਆ ਰਹੇ ਹਾਂ ਜਿਸ ਵੀ ਬੰਦੇ ਨੇ 9 ਮਹੀਨੇ ਦੇ ਪੇਪਰ ਭਰਾਨੇ ਆ ਜਾਂ ਭਰਾਏ ਨੇ ਉਸ ਵੀਡੀਓ ਨੂੰ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਛਤਾਣਾ ਨਾ ਪਵੇ ਅਸੀਂ ਪਹਿਲਾਂ ਵੀ ਇਦਾਂ ਦੇ ਕਾਫੀ ਵੀਡੀਓ ਬਣਾਈਆਂ 9 ਮਹੀਨੇ ਦੇ ਪੇਪਰਾਂ ਦੇ ਪਰ ਇੱਕ ਅੱਧੀ ਵੀਡੀਓ ਹੋਰ ਬਣਾ ਦਿੰਨੇ ਆ ਜੀ ਤੇ ਇਹਦੇ ਨਾਲ ਅੱਜ ਦੀਆਂ ਖਬਰਾਂ ਇੱਥੇ ਹੀ ਮੁਕਦੀਆਂ ਨੇ ਸਮਾਪਤ ਹੁੰਦੀਆਂ ਨੇ ਜੀ ਮਿਲਾਂਗੇ ਤੁਹਾਨੂੰ ਅਸੀਂ ਨੈਕਸਟ ਅਪਡੇਟ ਦੇ ਵਿੱਚ ਓਨਾ ਟਾਈਮ ਆਪਣ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਨ ਅਹੀ ਤੁਸੀਂ ਟਾਲੀਨ ਖਬਰਾਂ ਕੁਲਵੀਰ ਸਿੰਘ ਨਾਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ